ਸਤਿ ਸ਼੍ਰੀ ਅਕਾਲ ਪੰਜਾਬੀ ਮੀਡੀਆਮ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਸਰਕਾਰ ਦੇ ਵੱਲੋਂ ਵੱਖ-ਵੱਖ ਵਿਭਾਗਾਂ ਦੇ ਵਿੱਚ ਕੁੱਲ 9775 ਪੋਸਟਾਂ ਦੀ ਭਰਤੀ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਆਪਾਂ ਇਸ ਵੀਡੀਓ ਦੇ ਵਿੱਚ 9775 ਪੋਸਟਾਂ ਦੀ ਡਿਟੇਲ ਦੇਖਾਂਗੇ ਕਿ ਕਿਹੜੇ ਵਿਭਾਗ ਦੇ ਵਿੱਚ ਕਿਹੜੀਆਂ ਕਿੰਨੀਆਂ-ਕਿੰਨੀਆਂ ਪੋਸਟਾਂ ਹਨ ਤੇ ਇਹਨਾਂ ਨੂੰ ਭਰਨ ਦੇ ਲਈ ਲਾਸਟ ਡੇਟ ਹੈ ਜਿਹੜੀ ਉਹ ਕਿੰਨੀ ਹੋਵੇਗੀ ਫਾਰਮ ਨੂੰ ਭਰਨ ਦੇ ਲਈ ਸੋ ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਪੋਸਟਾਂ ਨੇ ਉਹ ਦੇਖ ਲੈਣੇ ਕਿ ਕਿਹੜੀਆਂ ਪੋਸਟਾਂ ਕਿਹੜੇ ਡਿਪਾਰਟਮੈਂਟ ਦੇ ਵਿੱਚ ਕਿੰਨੀਆਂ ਹਨ ਸਭ ਤੋਂ ਪਹਿਲਾਂ ਅੰਗਨਵਾੜੀ ਦੇ ਵਿੱਚ ਜਿਹੜੀ ਵਰਕਰ ਵਰਕਰ ਦੀਆਂ ਪੋਸਟਾਂ ਨੇ 1016 ਨੇ ਤੇ ਅੰਗਨਵਾੜੀ ਦੇ ਵਿੱਚ ਮਿੰਨੀ ਵਰਕਰ 129 ਪੋਸਟਾਂ ਤੇ ਇਸੇ ਤਰ੍ਹਾਂ ਆਂਗਣਵਾੜੀ ਹੈਲਪਰ ਦੀਆਂ 4569 ਪੋਸਟਾਂ ਤੇ ਇਸੇ ਤਰ੍ਹਾਂ ਫਾਇਰਮੈਨ ਦੀਆਂ ਮਿਊਸਪਲ ਕਾਰਪੋਰੇਸ਼ਨ ਦੇ ਵਿੱਚ 240 ਤੇ ਮਿਊਸਪਲ ਕਮੇਟੀ ਦੇ ਵਿੱਚ 70 ਪੋਸਟਾਂ ਤੇ ਇਸੇ ਤਰ੍ਹਾਂ ਮਿਊਸਪਲ ਕਾਉਂਸਲ ਦੇ ਵਿੱਚ ਡਰਾਈਵਰ ਤੇ ਆਪਰੇਟਰ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਮਿਊਸਪਲ ਕਾਰਪੋਰੇਸ਼ਨ ਦੇ ਵਿੱਚ 752 ਤੇ ਮਿਊਸਪਲ ਕਮੇਟੀ ਦੇ ਵਿੱਚ 256 ਇਸੇ ਤਰ੍ਹਾਂ ਪੁਲਿਸ ਕਨਸਟੇਬਲ ਦੀਆਂ 1746 ਪੋਸਟਾਂ ਤੇ ਐਸ ਐਸਆਈ ਜ਼ਿਲ੍ਹਾ ਕੈਡਰ ਦੀਆਂ 144 ਪੋਸਟਾਂ ਤੇ ਐਸਆਈ ਆਰਮਡ ਕੈਡਰ ਦੀਆਂ 144 ਪੋਸਟਾਂ ਤੇ ਪਟਵਾਰੀ ਜਿਹੜੀ ਕਿ ਮਾਲ ਵਿਭਾਗ ਦੇ ਵਿੱਚ ਰੱਖਣੀਆਂ ਹਨ ਉਹ 710 ਪੋਸਟਾਂ ਸੋ ਕੁੱਲ ਪੋਸਟਾਂ ਜਿਹੜੀਆਂ ਉਹ 9775 ਪੋਸਟਾਂ ਹੋ ਚੁੱਕੀਆਂ ਹਨ ਸੋ ਹੁਣ ਆਪਾਂ ਇਹਨਾਂ ਨੂੰ ਪੂਰੀ ਡਿਟੇਲ ਦੇ ਵਿੱਚ ਦੇਖਦੇ ਹਾਂ ਜਿਵੇਂ ਕਿ ਅੰਗਣਵਾੜੀ ਹੈਲਪਰ ਤੇ ਅੰਗਣਵਾੜੀ ਵਰਕਰਾਂ ਦੀਆਂ ਜਿਹੜੀਆਂ ਪੋਸਟਾਂ ਹਨ ਉਹਨਾਂ ਨੂੰ ਭਰਨ ਦੇ ਲਈ ਜਿਹੜੀ ਨੋਟੀਫਿਕੇਸ਼ਨ ਹੈ ਉਹ ਇਹਨਾਂ ਦੇ ਵੱਲੋਂ ਆ ਚੁੱਕੀ ਹੈ ਜਿਹੜੀ ਕਿ 16 2 2023 ਨੂੰ ਨੋਟੀਫਿਕੇਸ਼ਨ ਜਾਰੀ ਹੋ ਚੁੱਕੀ ਹੈ ਇਹਨਾਂ ਦੀ ਅਫੀਸ਼ੀਅਲ ਵ ਸੋ ਇਸ ਪੋਸਟ ਨੂੰ ਭਰਨ ਦੇ ਲਈ ਜਿਹੜੀ ਲਾਸਟ ਮਿਤੀ ਹੈ ਆਖਰੀ ਮਿਤੀ ਹੈ ਜਿਹੜੀ ਉਹ 9 3 2023 ਹੈ ਜਾਨੀ ਕਿ 9 ਮਾਰਚ 2023 ਨੂੰ 5 ਵਜੇ ਤੋਂ ਪਹਿਲਾਂ ਆਫਲਾਈਨ ਵਿਧੀ ਦੇ ਨਾਲ ਇਹ ਫਾਰਮ ਨੇ ਜਿਹੜੇ ਉਹ ਭਰੇ ਜਾਣਗੇ ਸਭ ਤੋਂ ਪਹਿਲਾਂ ਅੰਗਣਵਾੜੀ ਵਰਕਰ ਦੀਆਂ ਪੋਸਟਾਂ ਦੇਖ ਲੈਣੇ ਆ ਜਿਹੜੇ ਅੰਗਣਵਾੜੀ ਵਰਕਰ ਨੇ ਉਹਨਾਂ ਦੇ ਲਈ ਘੱਟੋ ਘੱਟ ਪਲੱਸ 2 ਪਾਸ ਹੋਣਾ ਲਾਜ਼ਮੀ ਹੈ ਤੇ ਇਸੇ ਤਰ੍ਹਾਂ ਅੰਗਣਵਾੜੀ ਹੈਲਪਰ ਦੇ ਲਈ ਘੱਟੋ ਘੱਟ 10ਵੀਂ ਪਾਸ ਹੈ ਜਿਹੜੀ ਉਹ ਹੋਣਾ ਲਾਜ਼ਮੀ ਹੈ ਤੇ ਇਸ ਦੇ ਲਈ ਕੋਈ ਪੇਪਰ ਨਹੀਂ ਹੋਵੇਗਾ ਸੋ ਪੇਪਰ ਜੇਕਰ ਨਹੀਂ ਹੋਵੇ ਹੋਵੇਗਾ ਤਾਂ ਇਸਨਾਂ ਦੀ ਜਿਹੜੀ ਭਾਰਤੀ ਕੋਈ ਅਧਾਰ ਤੇ ਹੋਵੇਗੀ ਉਹ ਆਪਾਂ ਦੇਖ ਲੈਣੇ ਆ ਇਸ ਦੀ ਜਿਹੜੀ ਭਰਤੀ ਹੈ ਉਸ ਦੇ ਵਿੱਚ ਜੇਕਰ ਅੰਗਰਨਵਾੜੀ ਵਰਕਰ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਪਲੱਸ 2 ਗ੍ਰੈਜੂਏਸ਼ਨ B.Ed ਪੋਸਟ ਗ੍ਰੈਜੂਏਸ਼ਨ ਇਹਨਾਂ ਦੇ ਜਿਹੜੇ ਨੰਬਰ ਲੱਗਣਗੇ ਜਿਵੇਂ ਕਿ 70% ਪਲੱਸ 2 ਦੀ B.A. ਬੇਟਾ ਜਿ ਰੱਖੀ ਜਾਵੇਗੀ ਤੇ ਇਸੇ ਤਰ੍ਹਾਂ ਗ੍ਰੈਜੂਏਸ਼ਨ ਡਿਗਰੀ ਦੇ ਵਿੱਚ ਜੇਕਰ ਤੁਹਾਡੇ 80% ਹਨ ਤਾਂ ਤੁਹਾਡੇ 8 ਨੰਬਰ ਲੱਗਣਗੇ ਜਾਨੀ ਕਿ ਕੁੱਲ 10 ਨੰਬਰ ਗ੍ਰੈਜੂਏਸ਼ਨ ਦੇ ਵਿੱਚੋਂ ਲੈ ਸਕਦੇ ਹੋ ਇਸੇ ਤਰ੍ਹਾਂ B.Ed ਜਾਂ NTT ਜਾਂ ETT ਦੇ ਵਿੱਚ ਵੀ ਟੋਟਲ 100 ਜੇਕਰ 100% ਨੇ ਤੁਹਾਡੇ ਤਾਂ 10 ਨੰਬਰ ਜੇਕਰ 80% ਨੇ ਤਾਂ 8 ਨੰਬਰ ਇਸੇ ਤਰ੍ਹਾਂ ਤੁਸੀਂ ਅਲੱਗ-ਅਲੱਗ ਜਿਹੜੀਆਂ ਤੁਹਾਡੀ ਕੁਆਲਿਫਿਕੇਸ਼ਨ ਉਸ ਦੇ ਹਿਸਾਬ ਦੇ ਨਾਲ ਤੁਹਾਡੇ ਨੰਬਰ ਚੜਨਗੇ ਸੋ ਇਸੇ ਤਰ੍ਹਾਂ ਹੁਣ ਆਪਾਂ ਗੱਲ ਕਰ ਲੈਨੇ ਆਂ ਅੰਗਣਵਾੜੀ ਹੈਲਪਰ ਦੇ ਲਈ ਅੰਗਣਵਾੜੀ ਹੈਲਪਰ ਦੇ ਵਿੱਚ ਜਿਹੜੀ ਕੁੱਲ ਜਿਹੜੇ ਨੰਬਰ ਨੇ ਉਹ ਆਪਾਂ ਦੇਖ ਲੈਨੇ ਕਿ ਕਿਸ ਤਰ੍ਹਾਂ ਇਹਨਾਂ ਦੀ ਵਰਗੀਕਰਨ ਹੋਵੇਗਾ 10ਵੀਂ ਦੇ ਵਿੱਚ ਜੇਕਰ ਤੁਹਾਡੇ 70% ਨੰਬਰ ਹੋਣਗੇ ਤਾਂ 7 7 ਟੋਟਲ ਜਿਹੜੇ ਇਸ ਦੇ 70 ਦੀ ਵੇਟੇਜ ਹੋਵੇਗੀ ਤੇ ਇਸ ਤਰ੍ਹਾਂ ਪਲੱਸ 2 ਦੀ ਜਿਹੜੀ ਹੈ ਉਸ ਦੀ 10 ਨੰਬਰ ਦੀ ਵੇਟੇਜ ਹੋਵੇਗੀ ਤੇ ਗ੍ਰੈਜੂਏਸ਼ਨ ਡਿਗਰੀ ਦੇ ਵਿੱਚ ਵੀ 10 ਨੰਬਰ ਦੀ ਤੇ ਇਸੇ ਤਰ੍ਹਾਂ ਵੀ ਐਡ ਦੇ ਵਿੱਚ ਵੀ 10 ਨੰਬਰ ਦੀ ਜੇਕਰ ਉਹ ਵਿਧਵਾ ਤਲਾਕਸ਼ੋਦਾ ਹੈ ਜਾਂ ਕੋਈ ਐਨ ਆਰ ਆਈ ਦੁਆਰਾ ਛੱਡੀ ਗਈ ਔਰਤ ਹਨ ਤਾਂ ਉਹਨਾਂ ਨੂੰ ਉਸ ਦੇ ਲਈ 5 ਨੰਬਰ ਨੇ ਜਿਹੜੇ ਉਹ ਐਕਸਟਰਾ ਦਿੱਤੇ ਜਾਣਗੇ ਸੋ ਕੁੱਲ 100 ਨੰਬਰ ਦੀ ਜਿਹੜੀ ਇਹ ਟੋਟਲ ਵਿਧੀ ਜਾਂ ਮੰਨੀ ਜਾਵੇਗੀ ਟੋਟਲ 100 ਮਾਰਕਸ ਦਾ ਸੋ 100 ਮਾਰਕਸ ਦੇ ਵਿੱਚ ਉਹ ਜਿਹੜੀ ਮੈਰਿਟ ਰੱਖੀ ਜਾਵੇਗੀ ਮੈਰਿਟ ਦੇ ਆਧਾਰ ਦੇ ਉੱਤੇ ਜਿਹੜੇ ਅੰਗਨਵਾੜੀ ਵਰਕਰ ਜਾਂ ਹੈਲਪਰ ਰੱਖੇ ਜਾਣਗੇ ਇਸ ਦਾ ਕੋਈ ਪੇਪਰ ਨਹੀਂ ਹੋਵੇਗਾ ਸੋ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਸ ਨੂੰ ਜਿਹੜਾ ਇਸ ਪੇਪਰ ਨੂੰ ਭਰਨ ਦੇ ਲਈ ਆਫਲਾਈਨ ਬਿਜ਼ੀ ਦੇ ਰਹੇ ਹਾਂ ਤੁਸੀਂ ਪਰਿਵਾਰ ਤੇ ਪਰਿਵਾਰ ਭਲਾਈ ਵਿਭਾਗ ਦੇ ਵਿੱਚ ਜਾ ਕੇ ਤੁਸੀਂ ਆਪ ਦਾ ਇਹ ਫਾਰਮ ਭਰ ਸਕਦੇ ਹੋ ਸੋ ਇਸ ਨੋਟੀਫਿਕੇਸ਼ਨ ਦੇ ਵਿੱਚ ਹੀ ਇਹਨਾਂ ਨੇ ਫਾਰਮ ਦਿੱਤੇ ਹੋਏ ਹਨ ਆਫਲਾਈਨ ਭਰਨ ਦੇ ਲਈ ਜਿਵੇਂ ਕਿ ਅੰਗਨਵਾੜੀ ਹੈਲਪਰ ਦੀ ਅਸਾਮੀ ਦੇ ਲਈ ਇਹ ਫਾਰਮ ਹੈ ਤੇ ਇਸ ਤੋਂ ਬਾਅਦ ਅੰਗਰਵਾੜੀ ਵਰਕਰ ਦੀ ਅਸਾਮੀ ਦੇ ਲਈ ਆਹ ਫਾਰਮ ਹੈ ਤੇ ਇਸ ਤੋਂ ਬਾਅਦ ਅੰਗਰਵਾੜੀ ਵਰਕਰ ਮਿੰਨੀ ਅੰਗਰਵਾੜੀ ਵਰਕਰ ਦੇ ਲਈ ਇਹ ਲਾਸਟ ਤੇ ਜਿਹੜਾ ਫਾਰਮ ਦਿੱਤਾ ਗਿਆ ਸੋ ਇਸ ਇਸ ਤੋਂ ਬਾਅਦ ਹੁਣ ਆਪਾਂ ਦੇਖ ਲੈਣੇ ਆ ਕਿ ਫਾਇਰਮੈਨ ਡਰਾਈਵਰ ਜਾਂ ਆਪਰੇਟਰ ਦੀਆਂ ਪੋਸਟਾਂ ਦੇ ਲਈ ਜਿਹੜੀ ਨੋਟੀਫਿਕੇਸ਼ਨ ਹੈ ਆਪਾਂ ਉਹ ਦੇਖ ਲੈਣੇ ਆ ਸੋ ਡਰਾਈਵਰ ਜਾਂ ਫਾਇਰਮੈਨ ਦੀਆਂ ਜਿਹੜੀਆਂ ਪੋਸਟਾਂ ਨੇ ਹੈਗੀਆਂ ਉਹਨਾਂ ਨੂੰ ਭਰਨ ਦੀ ਜਿਹੜੀ ਤਰੀਕ ਹੈ ਉਹ ਲਾਸਟ ਡੇਟ ਹੈ 28/2/2023 ਦੀ ਫੀਸ ਭਰਨ ਦੀ ਆਖਰੀ ਡੇਟ ਹੈ ਜਿਹੜੀ ਉਹ 3/3/2023 ਹੋਵੇਗੀ। ਸੋ ਇਹਨਾਂ ਪੋਸਟਾਂ ਨੂੰ ਭਰਨ ਦੇ ਲਈ ਹੁਣ ਆਪਾਂ ਦੇਖ ਲੈਣੇ ਕਿ ਕਿ ਕੁੱਲ ਕਿੰਨੀਆਂ ਪੋਸਟਾਂ ਹਨ। ਕੁੱਲ ਜਿਹੜੀਆਂ ਫਾਇਰਮੈਨ ਦੀਆਂ ਨਗਰ ਨਿਗਮਾਂ ਦੇ ਵਿੱਚ 240 ਤੇ ਡਰਾਈਵਰ ਜਾਂ ਆਪਰੇਟਰ ਦੀਆਂ 70 ਪੋਸਟਾਂ ਹਨ। ਇਸੇ ਤਰ੍ਹਾਂ ਨਗਰ ਕੌਂਸਲਾਂ ਦੇ ਵਿੱਚ ਫਾਇਰਮੈਨ ਦੀਆਂ 752 ਤੇ ਡਰਾਈਵਰ ਤੇ ਆਪਰੇਟਰ ਦੀਆਂ 256 ਪੋਸਟਾਂ ਹਨ। ਸੋ ਇਹਨਾਂ ਨੂੰ ਫਾਰਮ ਭਰਨ ਦੇ ਲਈ ਪੀਟ੍ਰੀਪੀਐਸਬੀ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਆਨਲਾਈਨ ਫਾਰਮ ਭਰ ਸਕਦੇ ਹੋ। ਸੋ ਇਹਨਾਂ ਦਾ ਵਰਗੀਕਰਨ ਦਿੱਤਾ ਗਿਆ ਜਿਵੇਂ ਕਿ ਜਨਰਲ ਐਸ ਸੀ ਬੀ ਸੀ ਇਹ ਤੁਸੀਂ ਪੂਰਾ ਡਿਟੇਲ ਦੇ ਵਿੱਚ ਇਸ ਵੀਡੀਓ ਦੇ ਨੀਚੇ ਦਿੱਤੇ ਗਏ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਸੀਂ ਲਿੰਕ ਦੇ ਉੱਪਰ ਕਲਿੱਕ ਕਰਕੇ ਵੀ ਦੇਖ ਸਕਦੇ ਹੋ ਸੋ ਹੁਣ ਆਪਾਂ ਇਸ ਦੇ ਵਿੱਚ ਏਜ ਕ੍ਰਾਈਟੇਰੀਆ ਦੇਖ ਲੈਣੇ ਕਿ 18 ਸਾਲ ਤੋਂ 37 ਸਾਲ ਦੀ ਉਮਰ ਦੇ ਵਿੱਚ ਜੇਕਰ ਤੁਸੀਂ ਹੋ ਤਾਂ ਇਹ ਪੇਪਰ ਭਰ ਸਕਦੇ ਹੋ ਤੇ ਇਸੇ ਤਰ੍ਹਾਂ ਹੁਣ ਆਪਾਂ ਕੁਆਲੀਫਿਕੇਸ਼ਨ ਦੇਖ ਲੈਣੇ ਆ ਕੁਆਲੀਫਿਕੇਸ਼ਨ ਹੈ ਜਿਹੜੀ ਫਾਇਰਮੈਨ ਦੇ ਲਈ ਤੇ ਡਰਾਈਵਰ ਆਪਰੇਟਰ ਦੇ ਲਈ 10ਵੀਂ ਹੈ ਜਿਹੜੀ ਉਹ ਕੁਆਲਿਫਿਕੇਸ਼ਨ ਮਿਨੀਮਮ ਹੈ ਤੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਫਿਜ਼ੀਕਲ ਟੈਸਟ ਲਿਆ ਜਾਵੇਗਾ ਫਿਜ਼ੀਕਲ ਟੈਸਟ ਦੇ ਲਈ ਕਟੋ-ਕਟ ਜਿਹੜੀ ਹਾਈਟ ਹੈ 5.5 ਫੁੱਟ ਜਾਨੀ ਕਿ 5 ਫੁੱਟ 5 ਇੰਚ ਮਿਨੀਮਮ ਹੋਣੀ ਚਾਹੀਦੀ ਹੈ ਤੇ ਚੈਸਟ ਹੈ ਜਿਹੜੀ ਉਹ ਤੇ 33 ਇੰਚ ਬਿਨਾ ਫੁਲਾਈ ਤੇ ਹੋਣੀ ਚਾਹੀਦੀ ਹੈ ਤੇ ਇਸੇ ਤਰ੍ਹਾਂ ਜਿਹੜੀ ਆਈ ਸਾਈਟ ਹੈ ਜਾਨੀ ਕਿ ਅੱਖਾਂ ਨੇ ਉਹ ਅੱਖਾਂ ਦੀ ਨਿਗਾਹ ਪੂਰੀ ਸਹੀ ਹੋਣੀ ਚਾਹੀਦੀ ਜਾਨੀ ਕਿ 6 ਵੇ 6 ਅੱਖਾਂ ਦੀ ਨਿਗਾਹ ਹੋਣੀ ਚਾਹੀਦੀ ਹੈ ਤੇ ਐਨਕਾ ਤੁਹਾਡੇ ਨਹੀਂ ਲੱਗੀਆਂ ਹੋਣੀਆਂ ਚਾਹੀਦੀਆਂ ਤੇ ਹੁਣ ਆਪਾਂ ਫਿਜ਼ੀਕਲ ਦੇਖ ਲੈਣੇ ਆ ਕਿ ਕਿਸ ਦੇ ਵਿੱਚ ਫਿਜ਼ੀਕਲ ਕੀ ਹੋਵੇਗਾ ਘਟੋ ਘਟ 100 ਯਾਰਡ ਲਗਭਗ ਇਹ 91 99 ਮੀਟਰ ਹੋ ਜਾਂਦਾ 100 ਯਾਰਡ ਤੁਸੀਂ 60 ਕਿਲੋ ਦਾ ਭਾਰ ਚੱਕ ਕੇ ਆਪਣੀ ਪਿੱਠ ਦੇ ਉੱਪਰ ਤੁਸੀਂ 1 ਮਿੰਟ ਦੇ ਵਿੱਚ ਇਹ ਜਿਹੜਾ ਸਫਰ ਹੈ ਉਹ ਤੈਅ ਕਰਨਾ ਹੋਵੇਗਾ ਤੇ ਇਸੇ ਤਰ੍ਹਾਂ ਤੋਂ ਤੁਹਾਡੇ ਦੁਆਰਾ ਇੱਕ 6 ਟੰਬਿਆਂ ਦੀ ਜਿਹੜੀ ਪੌੜੀ ਹੈ ਉਹ ਚੱਕ ਕੇ ਲੈ ਕੇ ਜਾਣੀ ਹੋਵੇਗੀ ਤੁਹਾਨੂੰ ਤੇ ਤਾਂ ਇਸੇ ਦਿਨ ਵਾਲੀ ਤੁਹਾਨੂੰ ਇੱਕ ਰੱਸਾ ਚੜਨਾ ਹੋਵੇਗਾ 8 ਤੋਂ 10 ਫੁੱਟ ਜਮੀਨ ਤੋਂ ਉੱਪਰ ਸੋ ਇਹ ਤਿੰਨ ਜਿਹੜੀ ਚੀਜ਼ਾਂ ਨੇ ਫਿਜ਼ੀਕਲ ਦੇ ਲਈ ਤੁਹਾਨੂੰ ਕਲੀਅਰ ਕਰਨੀਆਂ ਪੈਣਗੀਆਂ ਤੇ ਇਸੇ ਦਾ ਜਿਹੜਾ ਵਰਗੀ ਕਰਨਾ ਹੈ ਉਹ ਤੁਹਾਨੂੰ ਇਸ ਦੇ ਵਿੱਚ ਪੂਰੀ ਨੋਟੀਫਿਕੇਸ਼ਨ ਦੇ ਵਿੱਚ ਡਿਟੇਲ ਦੇ ਵਿੱਚ ਦਿੱਤਾ ਗਿਆ ਸੋ ਇਹ ਪੋਸਟ ਭਰਨ ਦੇ ਲਈ 10ਵੀਂ ਪਾਸ ਜਿਹੜੇ ਉਮੀਦਵਾਰ ਨੇ ਉਹ ਭਰ ਸਕਦੇ ਹਨ ਤੇ 28 ਤਰੀਕ ਨੂੰ ਪੇਪਰ ਨੂੰ ਭਰਨ ਦੇ ਲਈ ਲਾਸਟ ਹੈ ਸੋ ਹੁਣ ਆਪਾਂ ਪੁਲਿਸ ਕਨਸਟੇਬਲ ਦੀ ਗੱਲ ਦੇਖ ਲੈਣੇ ਆ ਕਿ ਪੁਲਿਸ ਕਨਸਟੇਬਲ ਨੂੰ ਪੇਪਰ ਭਰਨ ਦੇ ਲਈ ਜਿਹੜੀ ਲਾਸਟ ਡੇਟ ਹੈ ਉਹ ਕਿੰਨੀ ਹੈ ਸੋ ਇਸ ਦੇ ਲਈ ਲਾਸਟ ਡੇਟ ਹੈ ਜਿਹੜੀ 8 ਮਾਰਚ 2023 ਹੈ ਤੇ ਇਸ ਪੇਪਰ ਨੂੰ ਦੇ ਵਿੱਚ ਜਿਹੜੀਆਂ ਕੁੱਲ ਪੋਸਟਾਂ ਹਨ ਉਹ ਆਪਾਂ ਦੇਖ ਲੈਣੇ 1746 ਪੋਸਟਾਂ ਹਨ ਤੇ ਵਰਗੀਕਰਨ ਵੀ ਦਿੱਤਾ ਗਿਆ ਜਿਵੇਂ ਕਿ ਜਨਰਲ ਐਸ ਸੀ ਬੀ ਸੀ ਇਹਨਾਂ ਦੇ ਲਈ ਜਿਹੜੀ ਨੋਟੀਫਿਕੇਸ਼ਨ ਦੇ ਵਿੱਚ ਡਿਟੇਲ ਦੇ ਵਿੱਚ ਦਿੱਤਾ ਗਿਆ ਤੁਸੀਂ ਇਹ ਵੀਡੀਓ ਨੂੰ ਪਾ ਯੂਸ ਕਰਕੇ ਇਹ ਪੜ ਸਕਦੇ ਹੋ ਸੋ ਇਸ ਤੋਂ ਬਾਅਦ ਆਪਾਂ ਦੇਖ ਲੈਣੇ ਕਿ ਇਸ ਪੇਪਰ ਨੂੰ ਭਰਨ ਦੇ ਲਈ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਕੀ ਹੋਵੇਗੀ ਸੋ ਸਭ ਤੋਂ ਪਹਿਲਾਂ ਏਜ ਦੇਖ ਲੈਣੇ ਆ ਏਜ 18 ਤੋਂ 28 ਸਾਲ ਦੀ ਉਮਰ ਵਾਲੇ ਇਹ ਭਰ ਸਕਦੇ ਹਨ ਤੇ ਜਿਹੜੀ ਮਿਨੀਮਮ ਕੁਆਲੀਫਿਕੇਸ਼ਨ ਹੈ ਉਹ ਪਲੱਸ 2 ਹੋਵੇਗੀ ਇਸ ਨੂੰ ਭਰਨ ਦੇ ਲਈ ਤੇ ਜੇਕਰ ਕੋਈ ਐਕ ਸਰਵਿਸਮੈਨ ਹੈ ਤਾਂ ਉਸ ਦੇ ਲਈ ਜੇਕਰ ਮੈਟ੍ਰਿਕਿਉਲੇਸ਼ਨ ਵੀ ਚੱਲ ਸਕਦੀ ਹੈ ਜਾਨੀ ਕਿ ਉਸ ਨੂੰ ਪਲੱਸ 2 ਦੀ ਜਿਹੜੀ ਅ ਅ ਸ਼ਰਤ ਹੈ ਉਸ ਤੋਂ ਛੁਟਕਾਰਾ ਉਸ ਤੋਂ ਛੋਟ ਮਿਲ ਸਕਦੀ ਹੈ ਸੋ ਐਕ ਸਰਵਿਸਮੈਨ ਦੇ ਲਈ 10th ਪਾਸ ਹੋਣੀ ਜ਼ਰੂਰੀ ਹੈ ਤੇ ਹੋਰ ਜਨਰਲ ਕੈਟਾਗਰੀ ਜਾਂ ਐਸ ਸੀ ਬੀ ਸੀ ਕੈਟਾਗਰੀ ਦੇ ਲਈ ਪਲੱਸ 2 ਹੋਣੀ ਜ਼ਰੂਰੀ ਹੈ ਤੋ ਇਸ ਦੇ ਲਈ ਕੀ ਹੋਵੇਗਾ ਸਭ ਤੋਂ ਪਹਿਲਾਂ ਇਸ ਦੇ ਲਈ ਇੱਕ ਪੇਪਰ ਹੋਵੇਗਾ ਤੇ ਇਸ ਦੇ ਲਈ ਜਿਹੜੇ ਕੱਦ ਦੇ 5 ਫੁੱਟ 7 ਇੰਚ ਮੇਲ ਕੈਂਡੀਡੇਟਸ ਦੇ ਲਈ ਤੇ 5 ਫੁੱਟ 2 ਇੰਚ ਫੀਮੇਲ ਕੈਂਡੀਡੇਟਸ ਦੇ ਲਈ ਹੈ ਜਿਹੜਾ ਪੇਪਰ ਹੋਵੇਗਾ 100 ਨੰਬਰ ਦਾ ਹੋਵੇਗਾ ਤੇ ਪੇਪਰ 2 ਹੈ ਜਿਹੜਾ ਉਹ ਉਸ ਦੇ ਵਿੱਚ ਪੰਜਾਬੀ ਜਿਹੜਾ ਕਿ ਕੁਆਲੀਫਿਕੇਸ਼ਨ ਜਾਨੀ ਕਿ ਕੋ ਸਿਰਫ ਕੁਆਲੀਫਾਈ ਨੇਚਰ ਦਾ ਹੋਵੇਗਾ ਜਾਨੀ ਕਿ 50 ਨੰਬਰਾਂ ਦੇ ਵਿੱਚੋਂ ਘੱਟੋ ਘੱਟ 25 ਨੰਬਰ ਲੈਣੇ ਜ਼ਰੂਰੀ ਹਨ ਤੇ ਇਸ ਦੇ ਵਿੱਚ 네ਗੇਟਿਵ ਮਾਰਕਿੰਗ ਨਹੀਂ ਹੋਵੇਗੀ ਤੇ ਇਸ ਦਾ ਜਿਹੜਾ ਸਿਲੇਬਸ ਹੈ ਉਹ ਵੀ ਡਿਟੇਲ ਦੇ ਵਿੱਚ ਇਸ ਨੋਟੀਫਿਕੇਸ਼ਨ ਦੇ ਵਿੱਚ ਦਿੱਤਾ ਗਿਆ ਤੁਸੀਂ ਇਹ ਵੀਡੀਓ ਨੂੰ ਪਾਇਜ਼ ਕਰਕੇ ਸਲੇਵਸ ਹੈ ਉਹ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸੋ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਣੇ ਹੈਗੇ ਪੁਲਿਸ ਕਾਂਸਟੇਬਲ ਅੱਧੀ ਆਪਾਂ ਗੱਲ ਕਰ ਚੁੱਕੇ ਹਾਂ ਹੁਣ ਆਪਾਂ ਪੁਲਿਸ ਐਸਆਈ ਜ਼ਿਲ੍ਹਾ ਕੈਡਰ ਦੇ ਆਰਮਡ ਕੈਡਰ ਦੀ ਆਪਾਂ ਗੱਲ ਕਰ ਲੈਣੇ ਆ ਸੋ ਪੁਲਿਸ ਦੇ ਵਿੱਚ ਜਿਹੜੀ ਐਸਆਈ ਦੀਆਂ ਪੋਸਟਾਂ ਹਨ ਉਹਨਾਂ ਦੇ ਲਈ ਜਿਹੜੀ ਲਾਸਟ ਡੇਟ ਐਪ ਭਰਨ ਦੇ ਲਈ ਉਹ 28 ਫਰਵਰੀ 2023 ਹੈ ਤੇ ਇਹਨਾਂ ਪੋਸਟਾਂ ਦੀ ਜਿਹੜੀ ਵਰਗੀਕਰਨ ਹੈ ਉਹ ਵੀ ਇਸ ਨੋਟੀਫਿਕੇਸ਼ਨ ਦੇ ਵਿੱਚ ਦਿੱਤਾ ਗਿਆ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਕੇ ਇਸ ਨੂੰ ਵਰਗੀਕਰਨ ਦੇਖ ਸਕਦੇ ਹੋ ਸੋ ਇਸ ਦੀਆਂ ਜਿਹੜੀਆਂ 144 ਪੋਸਟਾਂ ਜ਼ਿਲ੍ਹਾ ਕੈਡਰ ਦੀਆਂ ਹਨ ਤੇ ਇਸੇ ਤਰ੍ਹਾਂ ਆਰਮਡ ਕੈਡਰ ਦੀਆਂ ਵੀ 144 ਪੋਸਟਾਂ ਹਨ ਸੋ ਕੁੱਲ ਪੋਸਟਾਂ 288 ਹੋ ਜਾਂਦੀਆਂ ਹਨ ਸੋ ਇਸ ਪੇਪਰ ਨੂੰ ਭਰਨ ਦੇ ਲਈ ਜਿਹੜੀ ਏਜ ਏਜ ਹੈ ਉਹ ਘੱਟੋ-ਘੱਟ 18 ਤੋਂ 28 ਸਾਲ ਦੇ ਵਿੱਚ ਹੋਣੀ ਲਾਜ਼ਮੀ ਹੈ ਤੇ ਜਿਹੜੇ ਸਬ ਇਨਸਪੈਕਟਰ ਦੀਆਂ ਦੋਵੇਂ categories ਦੇ ਲਈ ਘੱਟੋ ਘੱਟ ਗ੍ਰੈਜੂਏਸ਼ਨ ਹੋਣੀ ਲਾਜ਼ਮੀ ਹੈ ਸੋ ਇਸ ਦਾ ਵੀ ਇੱਕ ਪੇਪਰ ਹੋਵੇਗਾ ਇਸ ਦੇ ਵਿੱਚ ਜਿਹੜੀ ਕੱਦ ਦੀ ਕੁਆਲਿਫਿਕੇਸ਼ਨ ਹੈ ਉਹ ਦੇਖ ਲਓ 5 ਫੁੱਟ 7 ਇੰਚ ਮੇਲ ਕੈਂਡੀਡੇਟਸ ਦੇ ਲਈ ਦੀ 5 ਫੁੱਟ 2 ਇੰਚ ਫੀਮੇਲ ਕੈਂਡੀਡੇਟਸ ਦੇ ਲਈ ਹੋਣਾ ਲਾਜ਼ਮੀ ਹੈ ਤੇ ਇਸ ਦੇ ਵਿੱਚ 100 ਨੰਬਰ ਦੇ ਦੋ ਪੀਪਰ ਹੋਣਗੇ 100 ਨੰਬਰ ਦਾ ਪੇਪਰ 1 ਤੇ 100 ਨੰਬਰ ਦਾ ਹੀ ਪੇਪਰ 2 ਹੋਵੇਗਾ ਇਸ ਤੋਂ ਇਲਾਵਾ ਪੇਪਰ 3 ਜਿਹੜਾ ਕਿ ਕੁਆਲੀਫਾਈਿੰਗ ਨੇਚਰ ਹੋਵੇਗਾ ਜਾਨੀ ਕਿ 50 ਕੁਐਸਚਨ ਹੋਣਗੇ ਪੰਜਾਬੀ ਦੇ ਜਿਸ ਦੇ ਵਿੱਚੋਂ ਘੱਟੋ ਘੱਟ 25 ਨੰਬਰ ਲੈਣੇ ਜ਼ਰੂਰੀ ਹਨ ਤੇ ਇਸ ਦਾ ਜਿਹੜਾ ਸਿਲੇਬਸ ਹੈ ਉਹ ਵੀ ਪੂਰੀ ਡਿਟੇਲ ਦੇ ਵਿੱਚ ਦਿੱਤਾ ਗਿਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਜਿਹੜਾ ਪੇਪਰ 1 ਤੇ ਪੇਪਰ 2 ਇਸ ਤੋਂ ਬਾਅਦ ਹੁਣ ਆਪਾਂ ਮਾਲ ਪਟਵਾਰੀ ਦੀ ਗੱਲ ਕਰ ਲੈਨੇ ਆਂ ਮਾਲ ਪਟਵਾਰੀ ਦੇ ਲਈ ਕੁੱਲ 710 ਪੋਸਟਾਂ ਹਨ ਤੇ ਇਸ ਨੂੰ ਪੇਪਰ ਨੂੰ ਭਰਨ ਦੇ ਲਈ ਜਿਹੜੀ ਸ਼ੁਰੂਆਤ ਡੇਟਾ ਹੈ ਉਹ 23/02/2023 ਹੈ ਤੇ ਇਸ ਪੇਪਰ ਨੂੰ ਭਰਨ ਦੀ ਆਖਰੀ ਜਿਹੜੀ ਮਿਤੀ ਹੋਵੇਗੀ ਉਹ 23/03/2023 ਹੋਵੇਗੀ ਤੇ ਫੀਸ ਭਰਨ ਦੀ ਜਿਹੜੀ ਆਖਰੀ ਮਿਤੀ ਹੈ ਉਹ 22/03/2023 ਹੋਵੇਗੀ ਸੋ ਇਸ ਤੋਂ ਬਾਅਦ ਆਪਾਂ ਵਿਦਿਅਕ ਯੋਗਤਾ ਦੇਖ ਲੈਨੇ ਆਂ ਇਸ ਪੇਪਰ ਨੂੰ ਭਰਨ ਦੇ ਲਈ ਘੱਟੋ ਘੱਟ ਗ੍ਰੈਜੂਏਸ਼ਨ ਜ਼ਰੂਰੀ ਹੈ ਤੇ ਇਸ ਦੇ ਨਾਲ ਹੀ 120 ਘੰਟਿਆਂ ਦਾ ਜਿਹੜਾ ISO ਜਾਂ ਫਿਰ DOEACC ਦੁਆਰਾ ਕੰਪਿਊਟਰ ਦਾ ਸਰਟੀਫ ਇਸ ਦੇ ਨਾਲ ਹੀ ਪੰਜਾਬੀ ਦੇ ਵਿੱਚ 10ਵੇਂ ਲੈਵਲ ਦਾ ਘਟੂਕਟ ਪੰਜਾਬੀ ਦਾ ਪੇਪਰ ਪਾਸ ਹੋਣਾ ਲਾਜ਼ਮੀ ਹੈ ਇਸ ਦੇ ਨਾਲ ਹੁਣ ਆਪਾਂ ਤਨਖਾਹ ਸਕੀਲ ਦੇਖ ਲੈਣੇ ਆ ਜਿਹੜਾ ਤਨਖਾਹ ਸਕੀਲ ਹੋਵੇਗਾ ਇਸ ਦਾ 19900 ਹੋਵੇਗਾ ਜਿਹੜਾ ਕਿ 7ਵਾਂ ਪੇ ਕਮਿਸ਼ਨ ਸੈਂਟਰ ਦਾ ਹਿਸਾਬ ਦੇ ਨਾਲ ਇਹ ਤਨਖਾਹ ਦਿੱਤੀ ਜਾਵੇਗੀ ਹੁਣ ਆਪਾਂ ਇਸ ਦਾ ਸਲੇਵਸ ਦੇਖ ਲੈਣੇ ਆ ਸੋ ਪਟਵਾਰੀ ਦਾ ਜਿਹੜਾ ਸਲੇਵਸ ਹੈ ਉਸ ਦੇ ਵਿੱਚ ਇੱਕ ਪੰਜਾਬੀ ਦਾ ਪੇਪਰ ਹੈ ਜਿਹੜਾ ਕਿ 50 ਨੰਬਰ ਦਾ ਪੇਪਰ ਹੋਵੇਗਾ ਇਸ ਦੇ ਵਿੱਚ ਘੱਟੋ ਘੱਟ 25 ਨੰਬਰ ਲੈਣੇ ਲਾਜ਼ਮੀ ਹਨ ਇਸ ਪੇਪਰ ਨੂੰ ਪਾਸ ਕਰਨਾ ਲਾਜ਼ਮੀ ਹੈ ਇਸ ਤੋਂ ਬਾਅਦ ਜਿਹੜੀ ਮੈਰਿਟ ਹੋਵੇਗੀ ਉਹ ਦੂਸਰੇ ਪੇਪਰ ਦੇ ਹਿਸਾਬ ਦੇ ਨਾਲ ਹੋਵੇਗੀ ਦੂਜਾ ਪੇਪਰ ਹੈ ਜਿਹੜਾ ਉਹ ਕੁੱਲ 100 ਕੁਐਸਚਨ ਉਸ ਦੇ ਵਿੱਚ ਹੋ ਦੇ ਇਹ ਇੱਕ ਨੰਬਰ ਦਾ ਹਰੇਕ ਕੁਐਸਚਨ ਹੋਵੇਗਾ ਸੋ ਇਸ ਦਾ ਜਿਹੜਾ ਡਿਟੇਲ ਦੇ ਵਿੱਚ ਸਿਲੇਬਸ ਹੈ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਪਾ ਦਿੱਤਾ ਗਿਆ ਜਿਵੇਂ ਕਿ ਪੰਜਾਬੀ ਦਾ ਜਿਹੜਾ ਸਿਲੇਬਸ ਹੈ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਤੇ ਇਸ ਤੋਂ ਬਾਅਦ ਜਿਹੜਾ ਇਸ ਦਾ 100 ਨੰਬਰ ਦਾ ਪੇਪਰ ਹੈ ਉਸ ਦਾ ਵੀ ਉਸ ਦਾ ਵੀ ਤੁਸੀਂ ਸਕਰੀਨਸ਼ਾਟ ਇਸ ਵੀਡੀਓ ਨੂੰ ਪਾ ਯੂਜ਼ ਕਰਕੇ ਇਸ ਦੇ ਸਕਰੀਨਸ਼ਾਟ ਲੈ ਸਕਦੇ ਹੋ ਸੋ ਇਸ ਦੇ ਵਿੱਚ ਪੰਜਾਬੀ ਇੰਗਲਿਸ਼ ਰੀਜ਼ਨਿੰਗ ਮੈਥ ਜੀ ਕੇ ਤੇ ਆਈ ਸੀ ਟ ਯਾਨੀ ਕਿ ਕੰਪਿਊਟਰ ਤੇ ਇਸ ਦੇ ਨਾਲ ਹੀ ਪੰਜਾਬੀ ਹਿਸਟਰੀ ਹਿਸਟਰੀ ਐਂਡ ਕਲਚਰ ਇਹ ਜਿਹੜਾ ਸਲੇਵਸ ਹੈ ਇਸ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਪਾ ਦਿੱਤਾ ਗਿਆ ਸੋ ਮੈਨੂੰ ਉਮੀਦ ਹੈ ਤੁਹਾਨੂੰ ਆਪਣੀ ਵੀਡੀਓ ਲੋ ਵਧੀਆ ਲੱਗੀ ਹੋਵੇਗੀ ਸੋ ਸਾਰੀਆਂ ਜਿਹੜੀਆਂ 9775 ਪੋਸਟਾਂ ਉਹਨਾਂ ਨੂੰ ਪੂਰਾ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਸੋ ਜੇਕਰ ਤੁਹਾਨੂੰ ਕੋਈ ਇਸ ਦੇ ਰਿਲੇਟਡ ਕੋਈ ਕਨਫਿਊਜ਼ਨ ਹੈ ਤਾਂ ਉਸ ਦੇ ਰਿਲੇਟਡ ਤੁਸੀਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਪੁੱਛ ਸਕਦੇ ਹੋ ਸੋ ਉਮੀਦ ਹੈ ਤੁਹਾਨੂੰ ਜਿਹੜੀ ਆਪਣੀ ਵੀਡੀਓ ਹੈ ਵਧੀਆ ਲੱਗੀ ਹੋਵੇਗੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸੋ ਸਸ਼ੇਕਾ